ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰੀਏ ਜੀ ਬਵਾਸੀਰ ਦੀ ਬਿਮਾਰੀ ਤੇ ਬਵਾਸੀਰ ਦੀ ਬਿਮਾਰੀ ਬਹੁਤ ਫੈਲ ਰਹੀ ਪਈ ਐ ਕਿਸੇ ਨੂੰ ਬਾਦੀ ਹੋ ਜਾਂਦੀ ਐ ਜੀ ਤੇ ਕਿਸੇ ਨੂੰ ਖੂਨੀ ਹੋ ਜਾਂਦੀ ਐ ਅੱਜ ਜਿਹੜਾ ਆਪਾਂ ਘਰੇਲੂ ਨੁਸਖਾ ਲੈ ਕੇ ਆਏ ਆ ਉਹ ਖੂਨੀ ਬਵਾਸੀਰ ਵਾਸਤੇ ਐ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਐ ਜਿਹਨੂੰ ਬਾਦੀ ਐ ਜਾਂ ਖੂਨੀ ਐ ਕੋਈ ਵੀ ਕਿਸੇ ਤਰ੍ਹਾਂ ਦੀ ਬਵਾਸੀਰ ਹੋਗੀ ਉਹਨੂੰ ਥੋੜਾ ਜਿਹਾ ਇੱਕ ਮੈਂ ਘਰੇਲੂ ਨੁਸਖਾ ਦੱਸਣ ਲੱਗੀ ਜੀ ਪਹਿਲਾਂ ਤਾਂ ਤੁਸੀਂ ਉਹ ਦੇਖੋ ਬਾਅਦ ਵਿੱਚ ਮੈਂ ਤੁਹਾਨੂੰ ਇਹਦੀ ਦਵਾਈ ਵੀ ਦੱਸੂ ਜਿਹੜੀ ਤੁਸੀਂ ਘਰੇ ਤਿਆਰ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਇਹਦਾ ਪ੍ਰਹੇਜ ਵੀ ਦੱਸੂਗੀ ਤੁਸੀਂ ਉਹ ਪ੍ਰਹੇਜ ਵੀ ਕਰਨਾ ਹੈਗਾ ਜੀ ਤੁਹਾਨੂੰ ਮੈਂ ਇਹਦੀ ਡਾਈਟ ਵੀ ਦੱਸ ਦੂ ਵੀ ਤੁਸੀਂ ਖਾਣਾ ਕੀ ਹੈਗਾ ਤੁਸੀਂ ਅਗਰ ਉਹਨਾਂ ਦੇ ਆਪਣੀ ਦੱਸੇ ਹੋਏ ਘਰੇਲੂ ਨੁਸਖਿਆਂ ਤੇ ਡਾਈਟ ਤੇ ਚੱਲਦੇ ਹੋ ਤਾਂ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਸੇ ਨੂੰ ਖੂਨੀ ਆ ਜਾਂ ਬਾਦੀ ਆ ਕੋਈ ਵੀ ਬਵਾਸੀਰਾ ਉਹਨਾਂ ਨੇ ਕੀ ਕਰਨਾ ਹੈਗਾ ਥੋੜਾ ਜਿਹਾ ਕੋਸਾ ਪਾਣੀ ਲੈਣਾ ਜੀ ਜਿਹਦੇ ਵਿੱਚ ਤੁਸੀਂ ਬੈਠ ਸਕਦੇ ਹੋ ਆਪਾਂ ਟੱਬ ਦੇ ਵਿੱਚ ਬੀਟਾਡਿਨ ਦਾ ਇੱਕ ਟੱਕਣ ਪਾਉਣਾ ਹੈਗਾ ਜੀ ਇੰਨਾ ਕੁ ਥੋੜਾ ਜਿਹਾ 5 ਕਐਮਲ ਤੁਸੀਂ ਪਾ ਲਓ ਉਹਦੇ ਵਿੱਚ ਪਾਣੀ ਦੇ ਤੇ ਤੁਸੀਂ 15 ਮਿੰਟ ਉਹਦੇ ਵਿੱਚ ਬੈਠੋ ਤਾਂ ਕਿ ਬੈਕਟੀਰੀਆ ਅੰਦਰੋਂ ਖਤਮ ਹੋਵੇ ਤੇ ਇਸ ਬਿਮਾਰੀ ਨੂੰ ਕੰਟਰੋਲ ਹੋਵੇ ਤੇ ਤੁਹਾਡੇ ਅੰਦਰ ਦੀ ਜਿਹੜੀ ਸੋਜਣ ਹੈ ਉਹ ਉਤਰ ਜੇ ਇਹਦੇ ਨਾਲ ਬੀਟਾਡਿਨ ਦੇ ਨਾਲ ਐਂਟੀਬਾਇਟਿਕ ਹੁੰਦਾ ਜੀ ਐਂਟੀਵਾਇਰਸ ਇਹ ਜਿਹੜਾ ਕਿ ਆਪਣੇ ਮਤਲਬ ਅੰਦਰ ਬੈਕਟੀਰੀਆ ਫੈਲਦਾ ਉਹਨੂੰ ਠੀਕ ਕਰਦਾ ਹੈ ਇਹ ਠੀਕ ਹੈ ਜੀ ਦੂਜੀ ਗੱਲ ਤੁਸੀਂ ਸਲਾਤ ਤੇ ਜ਼ਿਆਦਾ ਜ਼ੋਰ ਰੱਖੋ ਜੀ ਖੀਰੇ ਵਗੈਰਾ ਖਾਓ ਟਮਾਟਰ ਵਗੈਰਾ ਖਾਓ ਹਰੀਆਂ ਸਬਜ਼ੀਆਂ ਖਾਓ ਪਾਲਕ ਦੀ ਸਬਜ਼ੀ ਖਾਓ ਤੁਸੀਂ ਗੋਭੀ ਦਾ ਰਸ ਕੱਢ ਕੇ ਪੀਓ ਜੀ ਫੁੱਲ ਗੋਭੀ ਦਾ ਰਸ ਕੱਢ ਕੇ ਤੁਸੀਂ ਪੀ ਸਕਦੇ ਹੋ ਕਾਲੀਆਂ ਮਿਰਚਾਂ ਪਾ ਕੇ ਉਹਦੇ ਵਿੱਚ ਕਾਲੀਆਂ ਮਿਰਚਾਂ ਵਾਲਾ ਨਮਕ ਪਾਉਣਾ ਜੀ ਗੋਭੀ ਦਾ ਰਸ ਤੁਸੀਂ ਕੱਢ ਕੇ ਉਹ ਪੀਓ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਜੀ ਸਲਾਤ ਤੇ ਜ਼ਿਆਦਾ ਜ਼ੋਰ ਰੱਖੋ ਇੱਕ ਚੀਜ਼ ਦਾ ਧਿਆਨ ਰੱਖ ਰਹੇ ਜੀ ਤੁਸੀਂ ਦਲੀਆ ਖਿਚੜੀ ਨਹੀਂ ਖਾਣਾ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਕਹਿ ਦਿੰਨੀ ਆ ਲੋਕ ਤਾਂ ਕਹਿੰਦੇ ਨੇ ਨਾ ਕਿ ਦਲੀਆ ਖਿਚੜੀ ਖਾਓ ਪਰ ਤੁਸੀਂ ਦਲੀਆ ਖਿਚੜੀ ਬਾਵਾਸੀਰ ਦੇ ਮਰੀਜ਼ ਨੇ ਨਹੀਂ ਖਾਣੀ ਇਹ ਨਹੀਂ ਤੁਸੀਂ ਖਾ ਸਕਦੇ ਜੀ ਠੀਕ ਹੈ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਦੂਜੀ ਗੱਲ ਇਹ ਹੈ ਜੀ ਵੀ ਜਿਹੜੀ ਅੱਜ ਆਪਾਂ ਤੁਹਾਡੇ ਵਾਸਤੇ ਘਰੇਲੂ ਨੁਸਖਾ ਲੈ ਕੇ ਆਏ ਆ ਮੈਂ ਤੁਹਾਨੂੰ ਦੱਸਣ ਲੱਗੀ ਆ ਜਿਹੜਾ ਇਹ ਇਹ ਹੈਗਾ ਜੀ ਪੀਲੀ ਰਾਹਲ ਆਪਣੇ ਕੋਲੇ ਆ ਪੀਲੀ ਰਾਹਲ ਹੈ ਜੀ ਠੀਕ ਹੈ ਆਪਾਂ ਪੀਲੀ ਰਾਹ ਲੈ ਕੇ ਆਏ ਜੀ ਇਸ ਬਿਮਾਰੀ ਵਾਸਤੇ ਆ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾ ਦਣੀ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਇਹ ਪੀਲੀ ਰਾਹ ਹੁੰਦੀ ਹੈ ਜੀ ਇਹ 50 ਗ੍ਰਾਮ ਹੈ ਜੀ ਇਹ ਡਲੀ ਹੈ ਜਿਹੜੀ 50 ਗ੍ਰਾਮ ਦੀ ਹੈ ਆਹ ਦੇਖੋ ਜੀ ਤੁਸੀਂ ਇਹਨੂੰ ਕੀ ਕਰਨਾ ਆਪਾਂ ਕੁੱਟ ਪੀਸ ਲੈਣਾ ਚੰਗੀ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਪੀਸ ਕੇ ਤੇ ਆਪਾਂ ਇਹਦਾ ਪਾਊਡਰ ਬਣਾ ਕੇ ਰੱਖ ਲੈਣਾ ਜੀ ਡੱਬੀ 'ਚ ਪਾ ਦਿਓ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਮਿਲਾਉਣਾ ਸਿਰਫ ਇਕੱਲੀ ਪੀਲੀ ਰਾਹ ਲੈਣੀ ਹੈ ਬਹੁਤ ਹੀ ਸਸਤਾ ਸਸਤਾ ਜਿਆ ਨੁਸਖਾ ਜੀ ਇਹ ਤੇ ਬਿਮਾਰੀ ਬਹੁਤ ਵੱਡੀ ਘਟ ਦਿੰਦਾ ਹੈਗਾ ਤੁਸੀਂ ਕੀ ਕਰਨਾ ਇਹਨੂੰ ਵਧੀਆ ਮਤਲਬ ਕਿ ਰਗੜ ਕੇ ਪਾਊਡਰ ਬਣਾ ਲਓ ਇਹਦਾ ਸੋਭਾ ਤੁਸੀਂ ਕੀ ਕਰਨਾ ਲੈ ਕੇ ਨਾ ਮਤਲਬ 200 ਗ੍ਰਾਮ ਦਹੀਂ ਜਾਨੀ ਕਿ ਪਾਈਆਕ ਦਹੀਂ ਹੋਗੀ ਮੇਰੇ ਕਹਿਣ ਦਾ ਮਤਲਬ ਬਾਟੀਕ ਦਹੀਂ ਦੀ ਲੈ ਕੇ ਉਹਦੇ ਵਿੱਚ ਤੁਸੀਂ ਇੱਕ ਚਮਚਾ ਇਹਨੂੰ ਪੀਲੀ ਰਾੜ ਨੂੰ ਘੋਲ ਲਓ ਜੀ ਉਹਦੇ ਵਿੱਚ ਮਿਲਾ ਲਓ ਤੁਸੀਂ ਤੇ ਇਹਨੂੰ ਤੁਸੀਂ ਖਾ ਲਓ ਸਵੇਰੇ ਖਾਲੀ ਪੇਟ ਠੀਕ ਹੈ ਜੀ ਤੇ ਇੱਕ ਕੰਮ ਹੋਰ ਕਰਨਾ ਤੁਸੀਂ ਅੰਜੀਰਾ ਲੈਣੀਆਂ ਜੀ ਦੋ ਅੰਜੀਰਾ ਤੁਸੀਂ ਸਵੇਰ ਵੇਲੇ ਪਾਣੀ ਚ ਭਿਉਂਦੇ ਹੋ ਤੇ ਰਾਤ ਨੂੰ ਸੌਣ ਲੱਗੇ ਖਾ ਕੇ ਪੈ ਜਾਓ ਉਹਨਾਂ ਨੂੰ ਪਾਣੀ ਚੋਂ ਕੱਢ ਲਓ ਜੀ ਪਾਣੀ ਢੋਲ ਦਿਓ ਇਹਨਾਂ ਦਾ ਠੀਕ ਹੈ ਰਾਤ ਨੂੰ ਦੋ ਅੰਜੀਰਾ ਫੇਰ ਤੁਸੀਂ ਪਾਣੀ ਚ ਭਿਉਂਦੇ ਹੋ ਸਵੇਰੇ ਫੇਰ ਉਹਨਾਂ ਦਾ ਪਾਣੀ ਢੋਲ ਦਿਓ ਤੇ ਅੰਜੀਰਾ ਕੱਢ ਕੇ ਖਾ ਲਓ ਜਿਹਨੂੰ ਕਬਜ ਹੈ ਜਿਹਨੂੰ ਮੰਨ ਲਓ ਆਹ ਮਤਲਬ ਬਵਾਸੀਰ ਦੀ ਬਿਮਾਰੀ ਆ ਬਵਾਸੀਰ ਦੀ ਬਿਮਾਰੀ ਵਾਲਿਆਂ ਵਾਸਤੇ ਤਾਂ ਅੰਜੀਰਾ ਆਪਾਂ ਪਾਣੀ ਚ ਭਿਓ ਕੇ ਖਾਣੀਆਂ ਜੀ ਅਗਰ ਕਿਸੇ ਨੇ ਕਮਜ਼ੋਰੀ ਤੋਂ ਅੰਜੀਰਾ ਲੈਣੀਆਂ ਨੇ ਕਿਸੇ ਨੂੰ ਜ਼ਿਆਦਾ ਕਮਜ਼ੋਰੀ ਹੋਊਗੀ ਤਾਂ ਉਹ ਦੁੱਧ ਚ ਮਿਲਾ ਕੇ ਇਹਨੂੰ ਪੀ ਸਕਦਾ ਜੀ ਰਾਤ ਨੂੰ ਤੁਸੀਂ ਭਿਓ ਕੇ ਰੱਖ ਦਿਓ ਦੁੱਧ ਚ ਸਵੇਰ ਤੁਸੀਂ ਘੋਲ ਕੇ ਪੀ ਲਓ ਇਹਦੇ ਨਾਲ ਕਾਫੀ ਹੱਦ ਤੱਕ ਆਪਣਾ ਸਰੀਰ ਸੈੱਟ ਹੋ ਜਾਂਦਾ ਹੈ ਕਾਫੀ ਹੱਦ ਤੱਕ ਆਪਣੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਨੇ ਤੇ ਆਹ ਪੀਲੀ ਰਾਹ ਲ ਵਾਲਾ ਨੁਸਖਾ ਜਿਹੜਾ ਬਹੁਤ ਹੀ ਵਧੀਆ ਹੈ ਜੀ ਅਸੀਂ ਮਰੀਜ਼ਾਂ ਨੂੰ ਦੰਦੇ ਵੀ ਰਹਿਣੇ ਆ ਦੱਸਦੇ ਵੀ ਰਹਿਣੇ ਆ ਵੀ ਭਾਈ ਤੁਸੀਂ ਆਪਦੇ ਕੋਲੋਂ ਨੇੜੇ ਪੰਸਾਰੀ ਤੋਂ ਲੈ ਕੇ ਇਹਨੂੰ ਤਿਆਰ ਕਰ ਸਕਦੇ ਹੋ ਤੇ ਇਹਨਾਂ ਚੀਜ਼ਾਂ ਦਾ ਫਾਇਦਾ ਠਾ ਸਕਦੇ ਹੋ ਮੈਂ ਦੁਬਾਰਾ ਫੇਰ ਦਿਖਾ ਦੰਨੀ ਆ ਜੀ ਤੁਹਾਨੂੰ ਆ ਪੀਲੀ ਰਾਹਲ ਹੁੰਦੀ ਹੈ ਜੀ ਇਹ 50 ਗ੍ਰਾਮ ਦਾ ਹੈ ਦਲੀ ਜੀ ਇਹ ਤੇ ਤੁਸੀਂ ਵੀ 50 ਗ੍ਰਾਮ ਲਿਆ ਕੇ ਘਰੇ ਰਗੜ ਸਕਦੇ ਹੋ ਜੀ ਰਗੜ ਕੇ ਇਹਨੂੰ ਤਿਆਰ ਕਰ ਲਓ ਇਹ ਇੰਨੇ ਨਾਲ ਹੀ ਠੀਕ ਹੋ ਜਾਊਗਾ ਅਗਰ ਫੇਰ ਵੀ ਜ਼ਰੂਰਤ ਪੈਂਦੀ ਹੈ ਤਾਂ ਆਪਾਂ ਥੋੜੀ ਬਹੁਤੀ ਹੋਰ ਬਣਾ ਕੇ ਲੈ ਲਾਂਗੇ ਠੀਕ ਹੈ ਜੀ ਬਾਕੀ ਪ੍ਰੇਮ ਰੱਖੋ ਵੱਧ ਤੋਂ ਵੱਧ ਤੇ ਕਬਜ ਨਾ ਰਹਿਣ ਦਿਓ ਤੇ ਖਾਣ ਪੀਣ ਦਾ ਤੁਸੀਂ ਜਿਆਦਾ ਧਿਆਨ ਰੱਖੋ ਫਾਸਟ ਫੂਡ ਬੰਦ ਕਰੋ ਮਿਰਚਾਂ ਬੰਦ ਕਰੋ ਜੀ ਨਮਕ ਬੰਦ ਕਰੋ ਜੀ ਘੱਟ ਖਾਓ ਮੇਰੇ ਕਹਿੰਦਾ ਮਤਲਬ ਬਹੁਤ ਘੱਟ ਖਾਓ ਤੁਸੀਂ ਠੀਕ ਹੈ ਜੀ ਤੇ ਤੁਸੀਂ ਇਹਨੂੰ ਦਵਾਈ ਨੂੰ ਲਓ ਬਣਾਓ ਤਿਆਰ ਕਰੋ ਇਹਨੂੰ ਵਰਤੋ ਜੀ ਤੇ ਇਹਦਾ ਫਾਇਦਾ ਠਾਓ ਤੁਸੀਂ ਵੱਧ ਤੋਂ ਵੱਧ ਇਹਨੂੰ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਮੇਰੇ ਵੀਰ ਮੇਰੇ ਭੈਣਾ ਮੇਰੇ ਬੱਚੇ ਇਹ ਲੈ ਸਕਣ ਤੇ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਅਗਰ ਹੋਰ ਵੀ ਕਿਸੇ ਨੂੰ ਕਿਸੇ ਬਿਮਾਰੀ ਬਾਰੇ ਕਿਸੇ ਨੇ ਪੁੱਛਣਾ ਹੁੰਦਾ ਹੈ ਤਾਂ ਆਪਾਂ 8 ਤੋਂ ਲੈ ਕੇ 9 ਵਜੇ ਤੱਕ ਰਾਤ ਨੂੰ ਲਾਈਵ ਹੁੰਨੇ ਜੀ ਆਪਣੇ ਪੇਜ ਤੋਂ ਹੈਲਥ ਹਰਬਲ 213 ਤੋਂ ਉੱਥੇ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ ਜੀ ਆਪਦੇ ਕਿਸੇ ਨੇ ਘਰੇਲੂ ਚੀਜ਼ਾਂ ਬਾਰੇ ਪੁੱਛਣਾ ਹੁੰਦਾ ਦਵਾਈਆਂ ਬਾਰੇ ਤਾਂ ਤੁਸੀਂ ਆਪਣੇ ਲਾਈਵ ਦੇ ਵਿੱਚ ਆਇਆ ਕਰੋ ਤੇ ਤੁਸੀਂ ਪੁੱਛ ਸਕਦੇ ਹੋ ਜੀ ਇਹ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਗੱਲ ਹੈ ਜੀ ਤੁਸੀਂ ਆਇਆ ਕਰੋ ਲਾਈਵ ਦੇ ਵਿੱਚ ਤੇ ਤੁਸੀਂ ਪੁੱਛ ਸਕਦੇ ਹੋ ਜੇ ਕਿਸੇ ਨੇ ਕਾਲ ਤੇ ਗੱਲ ਕਰਨੀ ਹੈ ਕਿਸੇ ਨੇ ਪੁੱਛਣਾ ਹੈ ਜੀ ਕਿਸੇ ਨੇ ਰਿਪੋਰਟ ਭੇਜਣੀ ਹੈ ਤਾਂ ਆਪਣਾ 8 ਤੋਂ 10 ਵਜੇ ਤੱਕ ਕਾਲ ਦਾ ਟਾਈਮ ਹੁੰਦਾ ਜੀ ਸਵੇਰ ਵੇਲੇ ਸਵੇਰ ਦੇ ਟਾਈਮ ਆਪਣਾ 8 ਤੋਂ 10 ਕਾਲ ਦਾ ਟਾਈਮ ਹੁੰਦਾ ਜੀ ਤੇ ਸੰਡੇ ਨੂੰ ਆਪਣਾ ਪਲੀਜ਼ ਬੰਦ ਹੁੰਦਾ ਜੀ ਸੰਡੇ ਨੂੰ ਕੋਸ਼ਿਸ਼ ਨਾ ਕਰਿਆ ਕਰੋ ਸੰਡੇ ਨੂੰ ਆਪਣਾ ਫੋਨ ਬੰਦ ਮਿਲੂਗਾ ਤੁਹਾਨੂੰ ਕਿਉਂਕਿ ਇੱਕ ਦਿਨ ਤਾਂ ਰੈਸਟ ਵਾਸਤੇ ਵੀ ਜ਼ਰੂਰੀ ਹੁੰਦਾ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਜੀ ਕੁਝ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਰਿਪੋਰਟ ਭੇਜ ਸਕਦੇ ਹੋ ਜੀ ਘਰੇ ਬੈਠੇ ਤੁਸੀਂ ਦਵਾਈ ਵੀ ਮੰਗਵਾ ਸਕਦੇ ਹੋ ਆਯੁਰਵੈਦਿਕ ਮੈਡੀਸਨ ਆਪਾਂ ਭੇਜਦੇ ਆ ਜੀ ਆਨਲਾਈਨ ਆਪਣਾ ਕੰਮ ਹੈ ਜੀ ਤੁਸੀਂ ਘਰੇ ਬੈਠੇ ਦਵਾਈ ਵੀ ਮੰਗਵਾ ਸਕਦੇ ਹੋ ਆਪ ਦਾ ਐਡਰੈਸ ਭੇਜੋ ਤੇ ਦਵਾਈ ਮੰਗਵਾਓ ਠੀਕ ਹੈ ਜੀ ਆਪਾਂ ਮਿਲਦੇ ਆ ਫਿਰ ਹੋਰ ਕਿਸੇ ਚੰਗੀ ਜੀ ਵੀਡੀਓ ਦੇ ਨਾਲ ਹੋਰ ਵੀ ਤੁਸੀਂ ਦੱਸੋ ਕਿਹੜੀ ਲੈ ਕੇ ਆਈਏ ਵੀਡੀਓ ਕਮੈਂਟ ਚ ਦੱਸ ਦਿਆ ਕਰੋ ਆਪਾਂ ਉਹੀ ਵੀਡੀਓ ਤੁਹਾਡੇ ਵਾਸਤੇ ਲੈ ਆਇਆ ਕਰਾਂਗੇ ਮਿਲਦੇ ਆ ਜੀ ਫਿਰ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ